ਇਹ ਆਕਾਸ਼ਵਾਣੀ ਜੰਮੂ ਹੈ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਪਹਲੇ ਖਾਸ ਖਬਰਾਂ ਕਰਨੇ ਮੈਂ ਪ੍ਰਮੋਲਾ ਜੰਵਾਲ ਲੈਫਟੇਨੈਂਟ ਗਵਰਨਰ ਮਨੋਤ ਸਿੰਘਾਉ ਨੇ ਪੋਲੀਥੀਨ 'ਗੀ ਨਾ ਆਖਦੀ ਹੋਈ ਪర్యాਵਰਣ ਤੰਤਰ 'ਗੀ ਤਗੜਾ ਬਣਾਉਣੇ ਲਈ ਉਪਲਬਧ ਅਰ ਮਮਕਨ ਵਸੀਲੇ ਦਾ ਇਸਤੇਮਾਲ ਕਰਨੇ ਲਈ ਆਖਿਆ ਉਹਨੇ ਵੀ ਆਖਿਆ ਜੇ ਜੰਮੂ 'ਚ ਬੜੀ ਤੋਲੇ ਪੋਲੀਥੀਨ ਮੁਕਤ ਅਭਿਆਨ ਚਲਾਇਆ ਜਾਗ ਕੇਂдри ਮੰਤਰੀ ਡਾਕਟਰ ਜਤਿੰਦਰ ਸਿੰਘ ਉਰਿਆਖੇ ਜੀ ਜੰਮੂ ਚ ਵਿਸ਼ਿਸ਼ਟ ਸੰਗਠਿਤ ਸਿੱਖਿਆ ਮਾਡਲ ਦੇ ਤੌਰ ਪਰ ਉਭਰੀਏ ਸਾਮਨੇ ਆਉਣ ਦੀ ਪੂਰੀ ਸਮਰਥ ਮੌਜੂਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਾਜ ਦਿਨੇ 11:00 ਵਜੇ ਆਕਾਸ਼ਵਾਣੀ ਦੇ ਮਨ ਕੀ ਬਾਤ ਕਾਰਜਕ੍ਰਮ ਦੇ ਰਾਹੀਂ ਦੇਸ਼ ਵਿਦੇਸ਼ ਚ ਰੌਣੇ ਵਾਲੇ ਲੋਕੀ ਕਰਨੇ ਵਿਚਾਰ ਸਾਂਝੇ ਕਰਨ। ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਅਧਿਰਕ ਮੁੱਖ ਸਚਿਵੋ ਨੇ ਜੰਮੂ ਕਸ਼ਮੀਰ ਚ ਕੋਵਿਡ ਵੈਕਸੀਨ ਦੀ ਦਸਤਾਵੇਜ਼ੀ ਦਾ ਜਾਇਜ਼ਾ ਲੇਤਾ केंद्र शासित प्रदेश की हफ्ते खीर च वैक्सीन दिया साढे छह लख खुराक हासिल हुई राष्ट्र ने ठारें बरे को मती बरेसू के लोगे गिते इक् जून भीह सौ इक्स सकारी केंद्रें च मुफ्त कोविड नाइनटीन टीकाकरण अभियान तेजी ले आंदी है ਅਸ ਯਵਸ ਸ੍ਰੋਤਾਂ ਦੀ ਸਲਾਹ ਦਿੰਨਿਆ ਜੋ ਟੀਕਾ ਲਵਾਈ ਲਾਂ ਸਾਰੇ ਸ੍ਰੋਤਾਂ ਦੀ ਬਿ ਸਲਾਹ ਦਿੱਤੀ ਜਾਂਦੀ ਹੈ ਜੋ ਸੁਰੱਖਿਆ ਉਪਾਏ ਚ ਕਮੀ ਨਹੀਂ ਕਰਨ ਕਿ ਜੇ ਕੋਵਿਡ 19 ਦਾ ਸਾਰੇ ਜਿੰਦੂ ਪਰ ਖਤਰਾ ਅਜੇ ਵੀ ਬਣੇਦਾ ਹੈ ਮਿਹਰਬਾਨੀ ਕਰੀਏ ਜੇਕਰ ਬਾਹਰ ਜਾਣਾ ਅਤ ਜ਼ਰੂਰੀ ਨਹੀਂ ਹੋਵੇ ਤਾਂ ਘਰ ਕੇ ਰਵੋ ਤੇ ਚਾਰ ਸਖਲੇ ਉਪਾਅ ਜਾਰੀ ਰੱਖੋ ਮੂੰਹ 'ਤੇ ਮਾਸਕ ਲਾਓ ਸਮਾਜੀ ਸੰਦੇਗੀ ਤੇ 2 ਗੱਜ ਦੀ ਦੂਰੀ ਰੱਖੋ ਹੱਥ ਤੇ ਮੂੰਹ ਹੈਗੀ ਸਾਫ਼ ਸੁਥਰਾ ਰੱਖਣੇ ਪਰ ਮੁੱਖ ਧਿਆਨ ਦਿਓ ਤੇ ਕੋਵਿਡ ਥਮਾ ਬਚਾ ਆਲਾ ਟੀਕਾ ਲਵਾਈ ਲਾਓ कोविड मुतालक कुसे जानकारी मार्गदर्शन गी ते तुस राष्ट्र हेल्पलाइन नंबरें पर संपर्क करी सकते हो नंबर न सिफर एक एक दो त्रै नौ सत् अट्ठ सिर चार छिफर सत प ਲੈਫਟਨੈਂਟ ਗਵਰਨਰ ਮਨੋਜ ਸਿਨਾ ਹੋਰੀਆਂ ਆਖੇ ਜੇ ਜੰਮੂ ਕਸ਼ਮੀਰ ਨੇ ਆਪਣੇ ਜੰਗਲੇ ਜਾੜੇ ਦੀ ਬਚਾਈ ਰੱਖਣੇ ਤੇ ਉਹਦਾ ਬਾਦਾ ਵਿਕਾਸ ਕਰਨੇ ਚ ਪ੍ਰਭਾਵਸ਼ਾਲੀ ਸਮਰਥ ਦਾ ਮੁਜ਼ਾਹਰਾ ਕੀਤਾ ਹੈ ਉਹਨੇ ਆਖਿਆ ਜੇ ਸਰਕਾਰ ਲੋਕਾਂ ਦੀ ਮਦਦ ਬਗੈਰ ਪਰਿਆਵਰਨ ਦੀਆਂ ਚੁਣੌਤੀਆਂ ਕਰਨੇ ਨਹੀਂ ਨਿਪੜੀ ਸਕਦੀ ਉਹਨੇ ਸਭਨੇ ਕੀ ਅਪੀਲ ਕੀਤੀ ਜੇ ਉਹ ਇਸ ਮਤਵਿਆਲੇ ਕੰਮ ਵਿੱਚ ਆਪਣਾ ਬਨਕ ਦਾ ਸਹਿਯੋਗ ਦੇਣ लेफ्टिनेंट गवर्नर उन्होंने कहा जे लौकिक लौकिक गई कने जलवायु परिवर्तन करी उन आले नुकसान रोकेया जाई सकदा है उन्होंने आख्या सबने की चाहिदा है जे ओ इस अनोखे आंदोलन गी अपना पूरा प्राता सहयोग देण ते सख्ती कने पॉलिथीन दे इस्तेमाल थमा ना करण ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਦੀ 2019 ਬਾਰੇ ਦੀ ਰਿਪੋਰਟ ਮੁਜਬ ਜੰਮੂ ਕਸ਼ਮੀਰ ਚ ਅਰਬਰੇ 34367 ਟਨ ਪਲਾਸਟਿਕ ਰੈਂਧ ਖੈਂਦ ਕਿੱਠੀ ਕੀਤੀ ਜਾਂਦੀ ਹੈ ਇਹਦੇ ਚਾ ਮਤੀ ਮਿਕਦਾਰ ਸਿੰਗਲ ਯੂਜ਼ ਪਲਾਸਟਿਕ ਦੀ ਹੈ ਯਾਨੀ ਉਸ ਪਲਾਸਟਿਕ ਦੀ ਜਿਹੜਾ ਛੜਾ ਇੱਕੇ ਬਾਰੀ ਇਸਤੇਮਾਲ ਚਾਉਂਦਾ ਹੈ लेफ्टिनेंट गवर्नर ओरें जम्मू ते श्रीनगर शहरें की स्मार्ट ते पर्यावरण अनुकूल शहरें च तब्दील करने ले कई कदम पुट ने ते उंदी अमलावरी पर जोर पाया लेफ्टिनेंट गवर्नर ओरें कल श्रीनगर च पॉलीथीन फ्री श्रीनगर मुहिम दी शुरुआत की थी इस मौके पर जम्मू नगर निगम दे मेयर चंद्रमोहन गुप्ता ओरें जम्मू च भी इसै किस्म दी मुहिम शुरू करने दा तैया कीता ਜੈਵਿਕ ਬਨ ਸਬੰਤਾ ਸਰਬੰਦੀ ਜੰਮੂ ਕਸ਼ਮੀਰ ਬਾਇਓਡਾਈਵਰਸਿਟੀ ਕਾਉਂਸਲ ਪਾਸਿਆ ਦੀ ਸੈਲੇਸਟੀਅਲ ਅਰਥ ਦੇ ਸਹਿਯੋਗ ਕਰਨੇ ਜੰਮੂ ਕਸ਼ਮੀਰ ਲਈ ਜੈਵਿਕ ਬਨ ਸਬੰਤਾ ਸਰਬੰਦੀ ਰਣਨੀਤੀ ਤੇ ਕਾਰਜ ਯੋਜਨਾ ਵਿਕਸਿਤ ਕਰਨੇ ਦੇ ਮਕਸਦ ਕਰਨੇ ਕੱਲ ਸਰਬੰਧਤ ਤੜਿੰਦ ਇੱਕ ਬੈਠਕ ਦਾ ਸਰਿਸਤਾ ਕੀਤਾ ਗਿਆ ਇਸ ਮੌਕੇ ਪਰ ਬੋਲਦੇ ਹੋਏ ਕਮਿਸ਼ਨਰ ਸੈਕਟਰੀ ਹੋਰੇ ਜੰਮੂ ਕਸ਼ਮੀਰ ਚ ਜੈਵਿਕ ਬਨ ਸਬੰਤਾ ਦੇ ਸੰਰਖਣ ਲਈ ਰਣਨੀਤੀ ਤੇ ਕਾਰਜ ਯੋਜਨਾ ਵਿਕਸਿਤ ਕਰਨੇ ਦੇ ਮਤਵਿਆ ਪਰ ਜ਼ੋਰ ਪਾਇਆ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਜੇ ਬਾਕਬਾਕ ਕਿਸਮ ਦੇ ਉੱਚ ਸਿੱਖਿਆ ادارے ਜਿਹੜੇ ਭਲੀਆਂ ਇੱਕ ਦੂਏ ਦੇ ਕੰਨੇ ਸਥਿਤਨ ਜੰਮੂ ਗੀ ਇੱਕ ਆਪਣੇ ਕਿਸਮ ਦੇ ਸੰਗਠਿਤ ਸਿੱਖਿਆ ਮਾਡਲ ਦੇ ਰੂਪ ਵਿੱਚ ਵਿਕਸਿਤ ਕਰਨੇ ਦੀ ਸਮਰਥ ਰੱਖਦੇ ਨੇ AIMS ਜੰਮੂ IIT ਜੰਮੂ IIM ਜੰਮੂ ਤੇ ਜੰਮੂ ਵਿਸ਼ਵਵਿਦਿਆਲਯ ਮਜਟਾ ਜੰਮੂ ਚ ਇੱਕ ਬਹੁਪੱਖੀ ਸਹਿਮਤੀ ਪੱਤਰ ਐ ਪਰ ਦਸਖਤ ਕਰਦੇ ਮੌਕੇ ਮੁੱਖ ਪ੍ਰਾਉਣੀ ਦੇ ਰੂਪ ਵਿੱਚ ਬੋਲਦੀ ਹੋਈ ਮੰਤਰੀ ਹੋਰੀ ਇਸੀ ਇੱਕ ਮੱਧਵਿਆਲਾ ਮੌਕਾ ਦਸਿਆ ਡਾਕਟਰ ਜਤਿੰਦਰ ਸਿੰਘ ਗੋਰਿੰਦਸਿਆ ਜੀ ਆਮਦੀ 31 ਅਗਸਤ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਔਰ ਨਮੀ ਕੇਂਦਰੀ ਸਕੀਮ ਦੇ ਤਹਿਤ ਜੰਮੂ ਕਸ਼ਮੀਰ ਚ ਉਦਯੋਗ ਦੇ ਵਿਕਾਸ ਲਈ ਯੂਨਿਟਾਂ ਦੇ ਪंजीकरण ਕੀਤਾ ਇੱਕ ਵੈਬ ਪੋਰਟਲ ਦਾ ਉਦਘਾਟਨ ਕਰਨ ਹਨ ਕਲ ਰਜੌਰੀ ਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਕਿਸੇ ਦੇ ਤੌਰ ਉਪਰ ਦਾਉ ਦਿਨੇ ਲਈ ਸਾਂਸਕ੍ਰਿਤਿਕ ਤੇ ਸੱਲ ਸਫਾ ਦੀ ਬਾਦੀ ਵਾਲੇ ਇੱਕ ਵੱਡੇ ਉਤਸਵ ਦਾ ਆਯੋਜਨ ਕੀਤਾ ਗਿਆ ਇਸ ਉਤਸਵ ਦਾ ਮਕਸਦ ਰਜੌਰੀ ਜ਼ਿਲ੍ਹੇ ਦੀ ਸਥਾਨੀ ਸੰਸਕ੍ਰਿਤੀ ਕੀ ਦੁਨੀਆ ਸਾਹਮਣੇ ਆਨਣਾ ਤੇ ਰਜੌਰੀ ਚ ਸੈਲਾਨੀ ਦੀ ਆਮਦ ਵਧਾਣਾ ਹੈ ਉਤਸਵ ਦੇ ਪਹਿਲੇ ਦਿਨ ਸਥਾਨੀ ਕਲਾਕਾਰਾਂ ਦੇ ਇਲਾਵਾ ਹਿਮਾਚਲ ਪ੍ਰਦੇਸ਼, ਕਸ਼ਮੀਰ, ਰਾਂਬਨ, ਡੋਡਾ, ਰਿਆਸੀ, ਜੰਮੂ, ਪੰਜਾਬ, ਹਰਿਆਣਾ ਤੇ ਕਠੂਆ ਦੇ ਕਲਾਕਾਰਾਂ ਨੇ ਵੀ ਉਤਸਵ 'ਚ ਸ਼ਿਰਕਤ ਕੀਤੀ। फिट इंडिया अभियान दी 2 बरे गंड दा जश्न मनाने ते भारत दी आजादी दे 75 बरेंदे سلسلے ਚ ਮੁਲਕ ਭਰਾਂ ਚ ਮਨਾਏ ਜਾ ਕਰਦੇ आजादी का अमृत महोत्सव दे के ਸਿੱਧੇ ਤੌਰ 'પર ਯੁਵਾ ਮਾਮਲੇ ਤੇ ਖੇਡਾਂ ਸਰਬੰਦੀ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੂਰ ਹੋਰ ਅੱਜ ਫਿਟ ਇੰਡੀਆ ਮੋਬਾਈਲ ਐਪਲੀਕੇਸ਼ਨ ਕੀ ਸ਼ੁਰੂਕਰਵਾੰਗਨ ਇਹ ਕਾਰਜਕ੍ਰਮ ਦਿੱਲੀ ਦੇ ਮੇਜਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ ਚ ਆਯੋਜਿਤ ਕੀਤਾ ਜਾਗ ਤੇ ਇਹਦੇ ਚ ਯੁਵਾ ਮਾਮਲੇ ਤੇ ਖੇਡਾਂ ਸਰਬੰਦੀ ਕੇਂਦਰੀ ਰਾਜ ਮੰਤਰੀ ਨਿਸ਼ਿਤ ਪ੍ਰਮਾਣਿਕ ਹੋਰ ਵੀ ਸਾਲੰਗਨ ਦਿਆਂਜੋਗ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀਯੋਰੇ ਭਾਰਤ ਕੀ ਤੰਦਰੁਸਤ ਤੇ ਸੇਤਮੰਦ ਰਾਸ਼ਟਰ ਬਣਾਉਣ ਦੇ ਨਜ਼ਰੀਏ ਕੰਨ 26 ਅਗਸਤ 2019 ਕੀ ਫਿਟ ਇੰਡੀਆ ਅਭਿਆਨ ਦੀ ਸ਼ੁਰੂਆਤ ਕਰਵਾਈ ਹੀ ਭਾਰਤ ਦੀ ਆਜ਼ਾਦੀ ਦਾ 75ਵਾਂ ਬਰਸ ਸ਼ੁਰੂ ਹੋਣ ਦੇ ਸਿਲਸਿਲੇ ਚ ਆਕਾਸ਼ਵਾਣੀ ਜੰਮੂ ਦਾ ਖੇਤਰੀ ਸਮਾਚਾਰਿਕਾਂਚ ਜੰਮੂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟਸ ਵੈਲਫੇਅਰ ਦੇ ਸਹਿਯੋਗ ਕੰਨ ਜੰਦੀ 9 ਅਗਸਤ 2021 თਮਾ ਪੇਸ਼ ਕਰਾ ਕਰਦਾ ਹੈ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਕੁਇਜ਼ ਇੰਡੀਆ 75 ਇਤੇ ਤੱਕ ਹਰ ਸੋਮਵਾਰ ਐ ਬੱਡਲੇ ਨੌਂਬੀ ਵਾਲੇ ਡੋਗਰੀ ਬੁਲਟਨ ਚ ਇੱਕ ਸਵਾਲ ਪੁੱਛਿਆ ਜਾਂਦਾ ਹੈ ਜਿਹਦਾ ਜਵਾਬ শ্রোਤਾ ਸਾਡੇ ਈਮੇਲ ਐਡਰੈਸ india75quiz@gmail.com ਉੱਪਰ ਭੇਜੀ ਸਕਦੇ ਨੇ ਸਭਨੇ ਸ਼ਹਿ ਪਹਿਲੇ ਜਵਾਬ ਪੇ ਜਨਿਆਲੇ ਤਰੇ শ্রোਤਾਇੰਗੀ ਜੇਤੂ ਕੋਸ਼ਿਤ ਕੀਤਾ ਜਾਂਦਾ ਹੈ ਤੇ ਉਹਨਦੇ ਨਾਮ ਦਾ ਐਲਾਨ ਅਗਲੇ ਰੋਜ਼ ਮੰਗਲਵਾਰ ਬੱਡਲੇ ਵਾਲੇ ਡੋਗਰੀ ਬੁਲਟਨ ਚ ਕੋਸ਼ਿਤ ਕੀਤਾ ਜਾਂਦਾ ਹੈ শ্রোਤਾਇ ਅੱਗੇ ਅਪੀਲ ਹੈ ਜੇ ਉਹ ਜਵਾਬ ਦੇ ਕਰਨੇ ਆਪਣਾ ਪੂਰਾ ਪਤਾ ਵੀ ਲਿਖਨ ਤਾਂ ਜੀ ਜੇਤੂਏਂ ਕੀ ਸਰਟੀਫਿਕੇਟ ਡਾਕ ਰਾਹੀਂ ਉਹਦੇ ਕਰਾਤਾ ਅਗਰ ਪਹੁੰਚਾਈ ਜਾ ਸਕਨ ਇਹ ਖਬਰਾਂ ਤੋਂ ਆਕਾਸ਼ਵਾਣੀ ਜੰਮੂ ਤੋਂ ਸੁਨਾਰਤੀਓ ਉਨਪਾਕੀ ਦੀਆਂ ਖਬਰਾਂ ਕਰਨੇ ਪ੍ਰੋਮਿਲਾ ਜਮਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਦਿਨੇ 11:00 ਵਜੇ ਆਕਾਸ਼ਵਾਣੀ ਦੇ ਮਨ ਦੀ ਬਾਤ ਕਾਰਜਕ੍ਰਮ ਦੇ ਰਾਏ ਦੇਸ਼ ਵਿਦੇਸ਼ ਚ ਰੌਣੇ ਵਾਲੇ ਲੋਕਾਂ ਕਨੇ ਆਪਣੇ ਵਿਚਾਰ ਸਾਂਝੇ ਕਰਨ ਗਨ ਇਹ ਇਸਮਾਵਾਰ ਰੇਡੀਓ ਪ੍ਰੋਗਰਾਮ ਦੀ ਅਸਮੀ ਕਿਸ਼ਤੋ ਜਿਹਦਾ ਪ੍ਰਸਾਰਣ ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਸਮੂਲ ਚ ਨੈਟਵਰਕ ਪ੍ਰਾਂ ਕੀਤਾ ਜਾਗ ਇਹਦੇ ਇਲਾਵਾ ਪ੍ਰਧਾਨ ਮੰਤਰੀ ਦੇ ਦਫਤਰ ਸੂਚਨਾ ਤੇ ਪ੍ਰਸਾਰਣ ਮੰਚਾਲੇ ਤੇ ਆਕਾਸ਼ਵਣੀ ਤੇ ਦੂਰਦਰਸ਼ਨ ਦੇ YouTube ਚੈਨਲ 'ਤੇ ਵੀ ਇਹਦਾ ਪ੍ਰਸਾਰਣ ਹੋਗ ਇਸ ਕਾਰਜਕ੍ਰਮ ਦੀ ਆਕਾਸ਼ਵਣੀ ਖਬਰਾਂ ਦੀ ਵੈੱਬਸਾਈਟ www.news.onair.com ਤੇ News on AIR ਮੋਬਾਈਲ ਐਪ 'ਤੇ ਵੀ ਪ੍ਰਸਾਰਿਤ ਕੀਤਾ ਜਾਗ ਆਕਾਸ਼ਵਣੀ ਆਸਿਆ ਇੰਦੀ ਪ੍ਰਸਾਰਣ ਦੇ ਫੋਰਨ ਮਗਰਾ ਇਹਦਾ ਇਲਾਕਾਈ ਪਾਸ਼ਾ ਇੰਚ ਵੀ ਪ੍ਰਸਾਰਣ ਕੀਤਾ ਜਾਗ ਇਲਾਕਾਈ ਪਾਸ਼ਾ ਇੰਚ ਇਹਦਾ ਪ੍ਰਸਾਰਣ ਇੱਕ ਵਾਰੀ ਪਰਤੀ ਹੈ ਰਾਤੀ 8 ਵਜੇ ਵੀ ਕੀਤਾ ਜਾਗ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਅਧਿਰਕ ਮੁਖ ਸਚਿਵ ਵਿਵੇਕ ਪਾੜ ਦਵਾਜੋਰੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਕੋਵਿਡ ਵੈਕਸੀਨ ਦੀ ਦਸਤਾਵੇਜ਼ੀ ਦਾ ਜਾਇਜ਼ਾ ਲੈਣੇ ਕੀਤੇ ਕੱਲ ਇੱਕ ਮੀਟਿੰਗ ਲਈ ਇਸ ਦੌਰਾਨ ਬੋਲ ਦਿਓ ਯੂਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਭ ਨੇ ਟਿਕਾਕਰਨ ਕੇਂਦਰ ਚ ਕੋਵੀ ਸ਼ੀਲਡ ਤੇ ਕੋਵੈਕਸਿਨ ਦੋਨਾਂ ਦੀ ਦਸਤਾਵੇਜ਼ੀ ਯਕੀਨੀ ਬਣਾਉਣੇ ਦੇ ਸਖਤ ਨਿਰਦੇਸ਼ ਜਾਰੀ ਕੀਤੇ ਉਨੇ ਸੇ ਤੇ ਪਰਿਵਾਰ ਕਲਿਆਣ ਮੈਕਮੇਗੇ ਨਿਰਦੇਸ਼ ਦਿੱਤਾ ਜੇ ਇਸ ਹਫਤੇ ਦੇ ਖੀਰੇਚ ਅਸਲ ਉਹ ਕਰਦੀ ਸਾਡੇ 6 ਲੱਖ ਵੈਕਸੀਨ ਦੀਆਂ ਖੁਰਾਕਾਂ ਦੀ ਸਮੂਲ ਚ ਕੇਂਦਰੀ ਸ਼ਾਸਿਤ ਪ੍ਰਦੇਸ਼ ਚ ਇੱਕਸਾਰ ਵੰਡਗੀ ਯਕੀਨੀ ਬਣਾਇਆ ਜਾ ਅਧਿਰਕ ਮੁਖ ਸਚੀਬੋਰੀ ਆਮ ਲੋਕਾਂ ਕੀ ਗੁਜ਼ਾਰਿਸ਼ ਕੀਤੀ ਜੇ ਉਹ ਆਪਣੇ ਨੇੜੇ ਦੇ ਟੀਕਾਕਰਨ ਕੇਂਦਰ ਪਰ ਜਾਈਏ ਕੋਵਿਡ ਤੋਂ ਮਾਂ ਬਚਾ ਵਾਲਾ ਟੀਕਾ ਲਗਵਾਣ ਤੇ ਇਆਂ ਕਰੀਏ ਆਪਣੀ ਸੁਰੱਖਿਆ ਦੇ ਕੰਨੋ ਕਰਨੀ ਔਰ ਨਦੀ ਸੁਰੱਖਿਆ ਵੀ ਯਕੀਨੀ ਕਰਨ ਜਦ ਕਸ਼ਮੀਰ ਚ ਕੱਲ ਨੋਵਲ ਕਰੋਨਾ ਵਾਇਰਸ ਦੇ 178 ਨਵੇਂ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨ ਇੰਦੇ ਚਨਤੀਜਮੂ ਡਿਵੀਜ਼ਨ ਥਮਾ ਤੇ 137 ਕਸ਼ਮੀਰ ਡਿਵੀਜ਼ਨ ਥਮਨ ਇਹ ਦਿਨੇ ਜਮੂ ਕਸ਼ਮੀਰ ਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤਰੀ 324979 ਹੋ ਗਈ ਹੈ ਜਮੂ ਡਿਵੀਜ਼ਨ ਚ ਕੋਵਿਡ ਕਰੀ ਇੱਕ ਮੌਤ ਦੀ ਵੀ ਖਬਰ ਹੈ ਜੰਮੂ ਡਿਵੀਜ਼ਨਲ ਕਮਿਸ਼ਨਰ ਡਾਕਟਰ ਰਾਘਵ ਲੰਗਰੋਰੇ ਜੰਮੂ ਡਿਵੀਜ਼ਨ ਚ ਸੇਤ ਸੈਕਟਰ ਤਹਿਤ ਪ੍ਰਧਾਨ ਮੰਤਰੀ ਵਿਕਾਸ ਪ੍ਰੋਗਰਾਮ ਪੀਐਮ ਡੀਪੀ ਤਹਿਤ ਚਲਾਈਆਂ ਦੀਆਂ ਪ੍ਰੋਜੈਕਟਾਂ ਦੇ ਕੰਮੇਕਾਰ ਜਾਂਚਦਾ ਚੈਸਾ ਲੱਗਾ ਕੋਵਿਡ ਦੀ ਸੰਭਾਵਿਤ ਤੀ ਲੈਡ ਦਾ ਜ਼ਿਕਰ ਕਰਦੇ ਹੋਏ ਡਿਵੀਜ਼ਨਲ ਕਮਿਸ਼ਨਰੋ ਨੇ ਕਾਮ ਕਰਵਾੜ ਦੀਆਂ ਏਜੰਸੀਆਂ ਤੇ ਇੰਜੀਨੀਅਰਿੰਗ ਦੀ ਦੋਰੀਆਂ ਸ਼ਿਫਟਾਂ ਚ ਕੰਮ ਕਰਨ ਲਈ ਆਖਿਆ ਤਾਂ ਜੋ ਇਹਨੇ ਇਮਾਰਤਾਂ ਕੀ ਬੇਲੇ ਸਰ ਲੋਕ ਕੇਂਦਰ ਨਿਮਿਤ ਲਾਇਆ ਜਾ ਸਕੇ ਸਲਸਫਾ ਨਿਦੇਸ਼ਾਲੇ ਜੰਮੂ ਅਸਿਆ ਜਮੂ ਕਸ਼ਮੀਰ ਸਲਸਫਾ ਵਿਕਾਸ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਕਲਤਵੀ ਰਿਵਰ ਫਰੰਟ ਪਾਰਕ ਚ ਗੁੱਡੀਆਂ ਬਧਾਨੇ ਸਰਬੰਦੀ ਜੰਮੂ ਪਤੰਗ ਉਤਸਵ ਦੇ ਦੂਏ ਸੰਸਕਰਨ ਦਾ ਆਯੋਜਨ ਕੀਤਾ ਗਿਆ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਡਾਕਟਰ ਰਾਘਵ ਲੰਗਰੋ ਨੇ ਇਸ ਉਤਸਵ ਦਾ ਉਦਘਾਟਨ ਕੀਤਾ ਜਿਹਦੇ ਚ ਗੁੱਡੀਆਂ ਬਧਾਨੇ ਵਾਲੇ ਕੁੱਲ 50 ਜਨੇ ਬੜੇ ਜੋਸ਼ ਕੰਨ ਇਸ ਸਾਲ ਲੱਗਾ ਇਸ ਸਚਾਲੀ ਜ਼ਿਲ੍ਹਾ ਪ੍ਰਸ਼ਾਸਨ ਸੰਭਾਸਿਆ ਬੀਕਲ ਰਾਣੀ ਸੁਚੇਤ ਸਿੰਘ ਖੇਡ ਸਟੇਡੀਅਮ 'ਚ ਪਤੰਗਬਾਜ਼ੀ ਵਾਲੇ ਉਤਸਵ ਦਾ ਆਯੋਜਨ ਕੀਤਾ ਗਿਆ ਇਸ ਕਾਰਜਕ੍ਰਮ ਦਾ ਮਕਸਦ ਲੋਕਾਂ 'ਕੀ ਪਲਾਸਟਿਕ ਦੀ ਡੋਰ ਜਿਸ ਨੂੰ ਆਮ ਭਾਸ਼ਾ 'ਚ ਚਾਈਨੀਜ਼ ਗੱਟੂ ਵੀ ਆਖਿਆ ਜਾਂਦਾ ਹੈ ਉਹਦੇ ਮਾੜੇ ਨਤੀਜਿਆਂ ਬਾਰੇ ਜਾਗਰੂਕ ਬਣਾਨਾ ਹਾ ਕ੍ਰਿषि ਉਤਪਾਦਨ ਦੇ ਕਿਸਾਨ ਕਲਿਆਣ ਜੰਮੂ ਦੇ ਨਿਰਦੇਸ਼ਕ ਹੋਰੇ ਕੱਲ ਜੰਮੂ ਦੇ ਕ੍ਰਿषि ਪਵੰਚ ਕੁਦਰਤੀ ਤੌਰ ਪਰ ਬਾਦਾਰ ਪੌਲੀ ਗ੍ਰੀਨ ਹਾਊਸ ਐਨ ਵੀ ਪੀ ਜੀ ਐਚ ਚ ਪੈਦਾ ਕੀਤੇ ਗਏ ਸਬਜ਼ੀ ਦੀ ਪਨੀਰੀ ਦੀ ਬੰਡ ਦਾ ਉਦਘਾਟਨ ਕੀਤਾ ਇਸ ਪਨੀਰੀ ਤੇ ਬੰਡ ਵਿਜਨ ਮੁਨਾਫੇ ਵਿਜਨ ਨੁਕਸਾਨ ਦੇ ਆਧਾਰ ਪਰ ਕੀਤੀ ਜਾਂਦੀ ਹੈ ਕ੍ਰਿषि ਵਿਭਾਗ ਦੇ ਨਿਰਦੇਸ਼ਕ ਹੋਰੇ ਗਰੇਟੇ ਟਰੇ ਗਮਲੇ ਤੇ ਗਰੋ ਪੈਗਿੰਦੀ ਮਦਦ ਕਰਨੇ ਕਰੇ ਦੇ ਕੋਠੇ ਛੱਤੇ ਪਰ ਵੱਡੇ ਪੱਮਾਨੇ ਪਰ ਕ੍ਰਿषि ਪੈਦਾਵਾਰ ਕਰਨੇ ਪਰ ਜ਼ੋਰ ਪਾਇਆ ਜੰਮੂ ਚਾਹ ਅੰਸ਼ਿਕ ਤੌਰ ਤੇ ਬਦਲ ਛਾਇਦੇ ਰੰਗਨ ਤੇ ਗਰਿ ਚਮਕਦੇ ਕੰਨੇ ਬਰਖਬਰ ਨੇ ਜਾਂ ਤੂੜ ਪ੍ਰੋਚੀ ਅੰਦੀ ਚੁੱਲਨੇ ਦੀ ਵੀ ਸੰਭਾਵਨਾ ਹੈ ਜੰਮੂਚ ਕਾ ਟੁਕਟ ਤਾਪਮਨ 24 ਡਿਗਰੀ ਸੈਲਸੀਅਸ ਜਿਸ ਲੇ ਕੇ ਦਿਨੇ ਦਾ ਬਦੋ ਬਦ ਤਾਪਮਨ ਤਕਰੀਬਨ 32 ਡਿਗਰੀ ਤੋਨੇ ਦੀ ਮੇਦੇ ਸ਼ਿ ਨਗਰਜ ਵੀ ਅੰਸ਼ਿਕ ਤੌਰ ਪਰ ਬਦਲ ਛਾਇਦੇ ਰੰਗਨ ਤੇ ਗਰਿ ਚਮਕ ਦੇ ਕੰਨੇ ਬਰਖਬਰ ਨੇ ਜਾਂ ਤੂੜ ਪ੍ਰੋਚੀ ਅੰਦੀ ਚੁੱਲਨੇ ਦੇ ਅਸਰ ਨ ਇਹ ਦੇ ਕੰਨੇ ਕੇ ਖਬਰਿੰਦਾ ਇਬਲੀਟਨ ਸਮਾਪਤ ਹੋਆ